ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਨਵੀਂ ਜ਼ਿਲ੍ਹਾ ਜੇਲ੍ਹ ਦੇ ਬਾਹਰ ਜੋ ਨਾਭਾ ਭਵਾਨੀਗੜ੍ਹ ਰੋਡ 'ਤੇ ਸਥਿਤ ਹੈ, ਪਿਛਲੇ ਦਿਨੀ 23 ਅਗਸਤ ਨੂੰ ਮਾਸਟਰ ਮਾਇੰਡ, ਜਿਸ ਨੂੰ ਨਾਭਾ ਜੇਲ੍ਹ ਬ੍ਰੇਕਾਂਡ ਦਾ ਮਾਸਟਰ ਮਾਇੰਡ ਕਿਹਾ ਜਾ ਰਿਹਾ, ਰਮਨਜੀਤ ਸਿੰਘ ਰੋਮੀ ਨੂੰ ਇਸ ਜੇਲ੍ਹ ਵਿੱਚ ਹੈ ਜਿਹੜਾ ਜੁਡੀਸ਼ੀਅਲ ਲਈ 14 ਦਿਨਾਂ ਵਾਸਤੇ ਭੇਜਿਆ ਗਿਆ ਸੀ 6-9 ਤੱਕ ਨਿਆਇਕ ਹਿਰਾਸਤ ਵਿੱਚ। ਮੈਂ ਆਪ ਜੀ ਦੀ ਜਾਣਕਾਰੀ ਲਈ ਦੱਸ ਦਿਆਂ ਕਿ 27 ਨਵੰਬਰ 2016 ਨੂੰ ਨਾਭਾ ਜੇਲ੍ਹ ਬ੍ਰੇਕਾਂਡ ਹੋਇਆ ਸੀ, ਜਿਸ ਦਾ ਮਾਸਟਰ ਮਾਇੰਡ ਹੈ ਜਿਹੜਾ ਪੰਜਾਬ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਰਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਤੋਂ 22 ਤਰੀਕ ਨੂੰ ਇੰਡੀਆ ਲਿਆਂਦਾ ਗਿਆ ਸੀ ਪੰਜਾਬ ਪੁਲਿਸ ਵੱਲੋਂ ਰੋਮੀ ਨੂੰ, ਔਰ 23 ਤਰੀਕ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਨ ਉਪਰੰਤ ਉਸਨੂੰ ਨਿਆਇਕ ਹਿਰਾਸਤ 'ਚ ਭੇਜਿਆ ਗਿਆ 6-9 ਸਤੰਬਰ ਤੱਕ। ਔਰ ਸਾਡੇ ਉਹਨਾਂ ਦੇ ਵਕੀਲ ਨੇ ਜਿਹੜੇ ਸਾਡੇ ਨਾਲ ਨੇ, ਉਹ ਅੱਜ ਜੇਲ੍ਹ ਵਿੱਚ ਰਮਨਜੀਤ ਸਿੰਘ ਰੋਮੀ ਨਾਲ ਜਿਹੜੀ ਮੁਲਾਕਾਤ ਕਰਕੇ ਆਏ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਤਨੁਜ ਮਹੋਤਰਾ ਨਾਲ ਜੋ ਰੋਮੀ ਦੇ ਵਕੀਲ ਨੇ, ਕੀ ਕਹਿਣਾ ਉਹਨਾਂ ਦਾ? ਵਕੀਲ ਸਾਹਿਬ, ਕੀ ਮੁਲਾਕਾਤ 'ਚ ਗੱਲਬਾਤ ਹੋਈ ਤੁਹਾਡੀ ਰੋਮੀ ਨੂੰ, ਕਿਸ ਕਾਰਨ ਤੁਸੀਂ ਮੁਲਾਕਾਤ ਕਰਕੇ ਆਏ? ਸਾਡਾ ਲੀਗਲ ਡਿਸਕਸ਼ਨਸ ਮੈਂ ਆਪਦੇ ਕਲਾਇੰਟ ਰਮਨਜੀਤ ਰੋਮੀ ਨਾਲ ਕਰਨੀਆਂ ਸੀਗੀਆਂ, ਔਰ ਮੈਂ ਔਰ ਮੇਰੇ ਨਾਲ ਵਕੀਲ ਸ਼ਿਵਮ ਜੀ ਅਸੀਂ ਗਏ, ਔਰ ਕੁਛ ਸਿਗਨੇਚਰਸ ਵਗੈਰਾ ਲੈਣੇ ਸੀਗੇ ਡਾਕੂਮੈਂਟਸ 'ਤੇ, ਔਰ ਕੋਈ ਉਹਨਾਂ ਦਾ ਨਾਲ ਹਾਲ ਚਾਲ ਵੀ ਜਾਂਦੇ ਹਾਂ ਅਸੀਂ। ਕਿਵੇਂ ਸਪੈਸ਼ਲ ਸੈੱਲ 'ਚ ਰੱਖਿਆ ਹੋਇਆ ਜੀ? ਉਹਨਾਂ ਨੂੰ ਸਪੈਸ਼ਲ ਸਿਕਿਉਰਿਟੀ ਸੈੱਲ ਦੇ ਵਿੱਚ ਰੱਖਿਆ ਹੋਇਆ, ਔਰ ਤਕਰੀਬਨ 9-10 ਉੱਥੇ ਹੋਰ ਵੀ ਅਕਿਊਜ ਮੁਲਜ਼ਮ ਨੇ, ਔਰ CCTV ਸਰਵੇਲੈਂਸ 'ਤੇ ਨਿਗਾਹ ਹੇਠਾਂ ਉਹਨਾਂ ਨੂੰ ਰੱਖਿਆ ਹੋਇਆ। ਕੀ ਗੱਲਬਾਤ ਹੋਈ ਤੁਹਾਡੀ ਉਹਨਾਂ ਨਾਲ? ਗੱਲਬਾਤ ਸਿਰਫ ਇਹੀ, ਕੋਈ ਸਿਗਨੇਚਰਸ ਵਗੈਰਾ ਕਰਾਉਣੇ ਸੀਗੇ, ਔਰ ਉਹਨਾਂ ਦਾ ਕੋਈ ਮੈਂ ਪੁੱਛਿਆ ਵੀ ਕਿ ਕੋਈ ਇੰਟਰੋਗੇਸ਼ਨ ਤਾਂ ਨਹੀਂ ਹੋਈ, ਔਰ ਉਸ ਪੁਲਿਸ ਨੇ ਜਿਵੇਂ ਹਾਂਗਕਾਂਗ ਦੀ ਗਵਰਨਮੈਂਟ ਨਾਲ ਕੰਪਲੇਂਸ ਕੀਤਾ ਸੀਗਾ ਮਿਨਿਸਟਰ ਆਫ ਐਕਸਟਰਨਲ ਅਫੇਅਰ ਆਫ ਇੰਡੀਆ ਨੇ, ਤਾਂ ਉਹਦੇ 'ਤੇ ਪੂਰਾ ਖਰਾ ਉਤਰ ਰਹੀ ਹੈ ਪੰਜਾਬ ਪੁਲਿਸ। ਮੇਨ ਕਾਰਨ ਕੀ ਰਿਹਾ ਤੁਹਾਡਾ ਮੁਲਾਕਾਤ ਕਰਨ ਦਾ? ਕੋਈ ਡਾਕੂਮੈਂਟਸ ਸਾਡੇ ਸਾਈਨ ਕਰਾਉਣੇ ਸੀਗੇ, ਔਰ ਮੈਂ ਜਾਣਨਾ ਚਾਹੁੰਦਾ ਸੀਗਾ ਵੀ ਕੀ ਉਹਦੀ ਸਿਕਿਉਰਿਟੀ ਦਾ ਕੋਈ ਇਸ਼ੂ ਤਾਂ ਨਹੀਂ ਹੈ ਮੇਰੇ ਕਲਾਇੰਟ ਨੂੰ ਰਮਨ ਰੋਮੀ ਨੂੰ, ਔਰ ਆਹੀ 2-3 ਕੋਈ ਚੈਪਟਰ ਸਾਡੇ ਸੀਗੇ ਹੋਰ ਲੀਗਲ, ਜੋ ਮੈਂ ਇੰਨਾ ਜ਼ਿਆਦਾ ਰਿਵੀਲ ਨਹੀਂ ਕਰ ਸਕਦਾ, ਉਹ ਸੀਗੇ ਅਸੀਂ ਮੁਲਾਕਾਤ ਕੀਤੀ। ਜਿਵੇਂ ਤੁਸੀਂ ਦੱਸਿਆ ਵੀ ਪ੍ਰੋਡਕਸ਼ਨ ਵਾਰੰਟ 'ਤੇ ਜਾਂ ਰਿਮਾਂਡ 'ਤੇ ਨਹੀਂ ਲੈ ਸਕਦੇ ਰੋਮੀ ਨੂੰ, ਇੰਡੀਆ ਗੌਰਮੈਂਟ ਵੱਲੋਂ ਇਹ ਦਿੱਤਾ ਹੋਇਆ, ਉਹ ਕਿਵੇਂ ਦੇਖਦੇ ਹੋ ਤੁਸੀਂ? ਇੱਕ ਇਹ ਵੀ ਇਹ ਸਾਈਨ ਹੋਇਆ ਸੀਗਾ ਐਗਰੀਮੈਂਟ ਬਿਟਵੀਨ ਦੀ ਮਿਨਿਸਟਰ ਆਫ ਐਕਸਟਰਨਲ ਅਫੇਅਰ ਐਂਡ ਦੀ HKSAR ਡੈਡੀ ਦੀ ਹਾਂਗਕਾਂਗ ਗਵਰਨਮੈਂਟ, ਕਿ ਜਿਹੜੀ ਪਹਿਲੀ ਟਰਮ ਕਿਉਰੀ ਇਹ ਕੁਸ਼ਚਨ ਕੀਤੀ ਸੀਗੀ ਗਵਰਨਮੈਂਟ ਆਫ ਹਾਂਗਕਾਂਗ ਨੇ ਕਿ ਕੀ ਰਮਨਜੀਤ ਰੋਮੀ ਨੂੰ ਡਿਪਟੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਿਆ ਜਾਏਗਾ, ਤਾਂ ਉਹਦੇ 'ਤੇ ਐਜ ਪਰ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਵੀ ਉਹ ਕੰਸਰਨਡ ਅਫੀਸਰ ਨੇ ਇਹਨਾਂ ਦਾ ਰਿਮਾਂਡ ਸੀਕ ਨਹੀਂ ਕੀਤਾ, ਡਿਪਟੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਿਆ, ਔਰ ਦੁਬਾਰਾ ਜੇ ਵਾਰੰਟ ਇਹਦਾ ਲੈਂਦੇ ਵੀ ਹੈ ਕਸਟਡੀ ਔਰਡਰ ਇੰਟੈਰੋਗੇਸ਼ਨ ਲਈ, ਤਾਂ ਅਸੀਂ ਉਹਨੂੰ ਉਸੀ ਨੂੰ ਕੰਟੈਸਟ ਕਰਾਂਗੇ, ਔਰ ਇੱਥੇ ਕਰੀਏ ਹਾਈਕੋਰਟ ਮੂਵ ਕਰਨਾ ਹੈ ਤੁਸੀਂ ਹਾਈਕੋਰਟ ਵੀ। ਤੁਹਾਨੂੰ ਕੀ ਲੱਗਦਾ ਕੋਈ ਇਹੋ ਜਿਹੀ ਗੱਲਬਾਤ ਹਲੇ ਸਾਹਮਣੇ ਆਈ ਹੈ ਕਿ ਰਮਨਜੀਤ ਰੋਮੀ ਦਾ ਕਿੰਨਾ ਕੁ ਰੋਲ ਹੈ ਉਸ ਕਾਂਡ ਦੇ ਵਿੱਚ? ਦੇਖੀ ਜਿਹੜਾ ਤਾਂ ਹਾਂਗਕਾਂਗ ਦੇ ਵਿੱਚ ਸੈਂਟਰ ਇਨਕੁਐਸਟ ਕੀਤੀ ਸੀਗੀ ਮਿਨਿਸਟਰ ਆਫ ਐਕਸਟਰਨਲ ਅਫੇਅਰ ਨੇ, ਤਾਂ ਉਹਦੇ 'ਚ ਸਿਰਫ ਕੀ ਹੁੰਦਾ ਵੀ ਪ੍ਰੋਡਿਊਸ ਕਰਨ ਵਾਸਤੇ ਟ੍ਰਾਇਲ ਕਰਨ ਵਾਸਤੇ ਹੀ ਹੋਈ ਸੀਗੀ, ਹੁਣ ਸਪਲੀਮੈਂਟਰੀ ਚਲਾਨ ਦੇਖਦੇ ਹਾਂ ਪੁਲਿਸ ਪ੍ਰੋਡਿਊਸ ਕਰੇਗੀ ਐਵੀਡੈਂਸ ਲੈ ਕੇ ਆਏਗੀ ਔਨ ਰਿਕਾਰਡ, ਤਾਂ ਫਿਰ ਉਦੋਂ ਨੂੰ ਅਸੀਂ ਦੇਖਾਂਗੇ ਉਦੋਂ ਕੀ ਅਸੀਂ ਆਪਦਾ ਰੋਲ ਪਲੇ ਕਰ ਸਕਦੇ ਹਾਂ। ਜਿੰਨਾ ਕੁ ਮੇਰੀ ਸਮਝ ਹੈ ਜੋ ਮੈਂ ਕੇਸ ਸਟੱਡੀ ਕੀਤਾ ਹੈ ਵੀ ਰਮਨਜੀਤ ਰੋਮੀ ਇਹਦੇ 'ਚੋਂ ਕੁਟਲ ਹੋ ਕੇ ਨਿਕਲੇ। ਸੁਣਿਆ ਤੁਸੀਂ ਤਨੁਜ ਮਲਹੋਤਰਾ ਨੇ ਜਿਹੜੇ ਉਹ ਰਮਨਜੀਤ ਸਿੰਘ ਰੋਮੀ ਨਾਲ ਮੁਲਾਕਾਤ ਕਰਕੇ ਆਏ ਨੇ, ਔਰ ਸਪੈਸ਼ਲ ਸੈੱਲ 'ਚ ਉਹਨਾਂ ਦੇ ਮੁਤਾਬਕ ਹੈ ਜਿਹੜਾ ਰੋਮੀ ਨੂੰ ਰੱਖਿਆ ਗਿਆ, ਕੁਛ ਦਸਤਖਤ ਜਿਹੜੇ ਨੇ ਉਹਨਾਂ ਨੇ ਲੈਣੇ ਸੀ, ਔਰ ਉਸ ਤੋਂ ਬਿਨਾਂ ਵੀ ਰਿਮਾਂਡ ਦੀ ਗੱਲ ਹੈ ਜਿਹੜੀ ਜਾਂ ਪ੍ਰੋਡਕਸ਼ਨ ਵਾਰੰਟੀ ਉਹਨਾਂ ਵੱਲੋਂ ਦੱਸੀ ਗਈ ਹੈ
ਕਿ ਇੰਡੀਅਨ ਗਵਰਨਮੈਂਟ ਵੱਲੋਂ ਕੋਈ ਐਫੀਡੈਵਿਟ ਹੈ ਜਿਹੜਾ ਦਾਇਰ ਕੀਤਾ ਗਿਆ ਕਿ ਉਸਦੀ ਜਿਹੜਾ ਰਿਮਾਂਡ ਹੈ ਨਹੀਂ ਲਿੱਤਾ ਜਾ ਸਕਦਾ।